को एह बिद को समझावे मुको एह बिद को समझावे करता होए जनावर करता होए जनावर मुको एह बिद को समझावे मुको एह बिद को समझावे करता होए जनावर करता होए अनजानते किछ इनु हो कमानु अनजानते किछ इने जप तप किछु न साधा जप तप किछु न साधा दिसले एहु मन दोरायो दे दिसले एहु मन कर्म कर बाधा कौने कर्म कर बाधा समझावे
विद को समझावे। करता हो ये जना मन तन तन मन तन तन इसका हो मेरा हो इसका परम मोह किछ सूझस नहीं परम मोह कछ सूझस पैरा करता होए जना करता होए जना मुको एहे विद को समझावे मोको एहे विद को समझावे करता होए जना करता होए जना तब ए कहा कमावन तब ए कहा कमावन जब एह कछु न होता
जब ए कछु न होता। जब एक निरंजन निरंकार प्रभु जब एक निरंजन निरंकार प्रभु तब सब किछ आपे करता सब किछ आपे करता अपने कर्तव्य आपे जाने अपने कर्तव्य आपे जाने जिन रचन रचाया जिन एह रचन रचा कहु नानक करुण हार है आपे कहो नानक करुण हार है आपे सतगुर परम चुकाया सतगुर परम चुका करता होए जना करता होए बेद को समझावे मुको ए बेद को समझावे करता होए जला
मुझको एह विद को समझावे मुझको एह विद को समझावे करता होए जनावे एह विद को समझावे जब कछ ना सियो जब कछ ना सियो तब क्या करता कवन कर्म कर आया जब कछ ना सियो एह विद को समझावे पंच तत् कर काया कीनी पंच तत् कर काया कीनी तत् कहां ते कीन रे ए विद को समझावे पंच तत् कर काया कीनी तत् कहां ते कीन रे कर्म बद तुम जियो कहत हो कर्म बद तुम जियो कहत हो कर्म किन जियो दीन रे ए विद को समझावे मोको ए विद को समझावे कमन सोवेला वक्त कमन कमन सोवेला वक्त कमन कमन थित कमन वार कमन सरती महो कवन ए विद को समझावे करता होए जनावे कवन शरुति महो कवन जितु हो आकार वेल ना पाया पंडती करता होए जनावे जे लिखन लेख पुराण वक्त न पायो कादिया जे लिखन लेख पुराण
थे तुवार ना जोगी जाने यह विद को समझावे बाबा कबीर जी दे पिछली रात आया होया वो शब्द ही मनो आज दे इस शब्द दे नाल बहुत नेड़े दा संबंध जदो ये शब्द आज सुबह मेरे सामने आया मैं आख्या कोई गल है रात भी हो सी कि जून किवें बनदियां ने मनुख बार बार जन्म किवें लेंदे ਮੈਨੂੰ ਕੋਈ ਸਮਝਾ ਦੇਵੇ ਤੇ ਮੈਂ ਅਰਜ਼ ਕੀਤੀ ਸੀ ਇੱਕ ਐਸਾ ਸਵਾਲ ਖੜਾ ਹੋਇਆ ਹੋਇਆ ਹੈ ਸਦੀਆਂ ਤੋਂ ਹਰ ਕਿਸੇ ਦੀ ਜ਼ਬਾਨ 'ਤੇ ਹੈ ਜਿੰਦਾ ਤਸੱਲੀ ਬਖਸ਼ ਜਾ ਤੇ ਕਿਸੇ ਨੂੰ ਜਵਾਬ ਨਹੀਂ ਮਿਲ ਰਿਹਾ ਅਤੇ ਗੁਰੂ ਤੋਂ ਉਹ ਜਵਾਬ ਲੈ ਕੇ ਸੰਤੁਸ਼ਟ ਨਹੀਂ ਹੋ ਰਿਹਾ ਜਾਂਦਾ ਡੇਰਿਆਂ 'ਤੇ ਜਿਨ੍ਹਾਂ ਨੂੰ ਵਿਦਵਾਨ ਸਮਝਦਾ ਉਹਨਾਂ ਕੋਲ ਪੁੱਜਦਾ ਬਸ ਇਹੋ ਹੀ ਸਵਾਲ ਹੈ ਜੀ ਮਰ ਕੇ ਕਿੱਥੇ ਜਾਈਦਾ ਆਇਆ ਕਿੱਥੋਂ ਮਨੁੱਖ ਆਉਣ ਵਾਲੇ ਜੀਵਨ ਦੇ ਫਿਕਰ ਵਿੱਚ ਹੈ ਅਤੇ ਮਰਨ ਤੋਂ ਪਹਿਲੇ ਕਿਸੇ ਜੀਵਨ ਦੇ ਕਿਆਫੇ ਲਗਾ ਰਿਹਾ ਮੈਲ ਕੀਤੀ ਸੀ ਮਨੁੱਖ ਇਸ ਜੀਵਨ ਦੀ ਨਹੀਂ ਸੋਚ ਰਿਹਾ ਸੋਚਦਾ ਹੈ ਜਦੋਂ ਸਵਾਲ ਕਰਦਾ ਹੈ ਪਿਛਲੇ ਜਨਮ ਦਾ ਕਦੇ ਇਸਨੇ ਕਿਸੇ ਕੋਲ ਜਾ ਕੇ ਇਹ ਨਹੀਂ ਆਖਿਆ ਮੈਂ ਇਸ ਜਨਮ ਵਿੱਚ ਕੀ ਹਾਂ ਕਹਿੰਦਾ ਪਿਛਲੇ ਜਨਮ ਵਿੱਚ ਕੀ ਸੋ ਆਉਣ ਵਾਲੇ ਜਨਮ ਵਿੱਚ ਕੀ ਹੋਵਾਂ ਮੈਂ ਕੀਤੀ ਸੀ ਗੁਰੂ ਨਾਨਕ ਕਿਉਂਕਿ ਸੱਚ ਕਹਿੰਦਾ ਉਹ ਕਿਆਫਿਆਂ ਦੀ ਅੰਦਾਜ਼ਿਆਂ ਦੀ ਦੁਨੀਆਂ ਵਿੱਚ ਸਿੱਖ ਨੂੰ ਨਹੀਂ ਰੱਖਣਾ ਚਾਹੁੰਦਾ ਉਹ ਟਾਲਣਾ ਨਹੀਂ ਚਾਹੁੰਦਾ ਸੱਚ ਕਹਿੰਦਾ ਕਹਿੰਦਾ ਜੋਤ ਜੋਤੀ ਵਿੱਚ ਰਲ ਗਏ ਮੈਂ ਕੀ ਆਖ ਸਕਣਾ ਕਿੱਥੇ ਗਏ ਜਿਹਨੇ ਭੇਜੀ ਆ ਗਈ ਹੁਕਮੇ ਵਿੱਚ ਸਭ ਕੁਝ ਹੋਇਆ ਅਤੇ ਹੁਕਮ ਵਿੱਚ ਚਲਾ ਗਿਆ ਬੋਰ ਹਮ ਕਾਹੇ ਆਵੇਂਗੇ ਰਾਤ ਵਾਲਾ ਸ਼ਬਦ ਸੀ ਬੋਰ ਹਮ ਕਾਹੇ ਆਵੇਂਗੇ ਆਵਣ ਜਾਣਾ ਹੁਕਮ ਤੇ ਸਿਕਾ ਹੁਕਮੇ ਬੁੱਢ ਸਮਾਵੇਂਗੇ ਅਤੇ ਉਹ ਆਵਣ ਜਾਣ ਕਿਸ ਤਰ੍ਹਾਂ ਹੈ ਉਦਕ ਸਮੁੰਦ ਸਲਲ ਕੀ ਸਾਖਿਆ ਰਾਤ ਵਾਲਾ ਸ਼ਬਦ ਸੀ ਪਾਣੀ ਵਿੱਚੋਂ ਸਾਗਰ ਵਿੱਚੋਂ ਸਮੁੰਦਰ ਵਿੱਚੋਂ ਪਾਣੀ ਦੀ ਬਾਲਟੀ ਕੱਢ ਲਈ ਮੁੜ ਪਾ ਦਿੱਤੀ ਮੁੜ ਕੱਢ ਲਈ ਕੋਈ ਆਖ ਸਕਦਾ ਹੈ ਉਹੋ ਹੀ ਪਾਣੀ ਹੈ ਜਿਹੜਾ ਪਾਇਆ ਸੀ ਜਾਂ ਉਹੋ ਹੀ ਪਾਣੀ ਹੈ ਜਿਹੜਾ ਕੱਢਿਆ ਸੀ ਨਦੀ ਤਰੰਗ ਸਮਾਵੇਂਗੇ ਸੁਣੋ ਸੁਣੋ ਬੜਾ ਸੁੰਦਰ ਸੀ ਪਵਣ ਰੂਪ ਹੋਏ ਜਾਵਾਂਗੇ ਮੈਂ ਅੱਜ ਉਸ ਵਿਸਥਾਰ ਵਿੱਚ ਲਿਆ ਉਹਦੇ ਨਾਲ ਮੇਲ ਖਾਂਦੇ ਇਸ ਅੱਜ ਦੇ ਸਬਜੈਕਟ ਨਾਲ ਜੋੜਨਾ ਚਾਹੁੰਦਾ ਹੈ ਕਹਿੰਦੇ ਨੇ ਇਹ ਸਵਾਲ ਸਦੀਆਂ ਤੋਂ ਬਣਿਆ ਹੋਇਆ ਹੈ ਮਨੁੱਖ ਕਰਮਾਂ ਦਾ ਬਣਿਆ ਹੋਇਆ ਹੈ ਕਿੰਨਾ ਕਰਮਾਂ ਦਾ ਬਣਿਆ ਹੋਇਆ ਕਿਸ ਜੂਨ ਵਿੱਚ ਆਉਂਦਾ ਇਹੋ ਹੀ ਸਵਾਲ ਮਨੁੱਖ ਕਰਮਾਂ ਤੋਂ ਸੁਭਾਅ ਵਾਲੇ ਪਾਸੇ ਨਹੀਂ ਜਾ ਰਿਹਾ ਕਰਮਾਂ ਤੋਂ ਬਕਾਇਦਾ ਦੇਖਣ ਦਿਸਣ ਵਾਲੇ ਜਨਮ ਨੂੰ ਦੇਖਣਾ ਚਾਹੁੰਦਾ ਹਰ ਜਨਮ ਦਾ ਆਪਣਾ ਸੁਭਾਅ ਰਾਤ ਵੀ ਲੱਭਦਾ ਹੈ ਹਰ ਜਨਮ ਦਾ ਆਪਣਾ ਸੁਭਾਅ ਹੈ ਤੇ ਜਦੋਂ ਸੁਭਾਅ ਉਹ ਆਉਂਦਾ ਹੈ ਤੇ ਮਨੁੱਖ ਸਮਝ ਲਓ ਉਸੇ ਜਨਮ ਵਿੱਚ ਹੁੰਦਾ ਤਾਂ ਹੀ ਤਾਂ ਗੁਰੂ ਨੇ ਆਖ ਦਿੱਤਾ ਕਰਤੂਤ ਪਸ਼ੂ ਕੀ ਮਾਨਸ ਜਾਤ ਜਦੋਂ ਸੁਭਾਅ ਪਸ਼ੂਆਂ ਵਾਲਾ ਹੋ ਗਿਆ ਆਦਤਾਂ ਪਸ਼ੂ ਵਾਲਾ ਹੋ ਗਈਆਂ
ਸੁਭਾਅ ਦੇ ਸਿਰ ਤੇ ਅਰਜੁਨ ਖੜੀ ਤੇ ਕਿੰਨਾ ਕਰਮਾਂ ਵਿੱਚੋਂ ਜੂਨ ਮਿਲੀ ਹੈ, ਇੱਥੇ ਫਿਰ ਸਵਾਲ ਖੜਾ ਹੋ ਗਿਆ। ਮਨੁੱਖ ਇਹੀ ਸੋਚੀ ਜਾਂਦਾ, ਦੇਣ ਵਾਲੇ ਕਰਤਾ ਪੁਰਖ ਵੱਲ ਨਹੀਂ ਜਾ ਰਿਹਾ, ਬਾਰ ਬਾਰ ਕਿਰਤ ਪ੍ਰਤੀ ਸੋਚ ਰਿਹਾ। ਅਸੀਂ ਤੁਸੀਂ ਜਨਮ ਜਿੰਨੇ ਵੀ ਨੇ, ਸ੍ਰਿਸ਼ਟੀ ਜਿੰਨੀ, ਕਿਰਤ ਹੈ, ਕਰਤਾ ਤੇ ਹੈ ਨਹੀਂ, ਇਹ ਕਿਰਤ ਹੈ। ਠਾਕੁਰ ਛੋੜ ਦਾਸੀ ਕੋ ਸਿਮਰੇ। ਮਨੁੱਖ ਕਿਰਤ ਪ੍ਰਤੀ ਤਾਂ ਬਾਰ ਬਾਰ ਸੋਚ ਰਿਹਾ ਹੈ, ਮੈਂ ਇਹਦੇ ਕਿਆਫੇ ਲਗਾਵਾਂ, ਇਹਨੂੰ ਸਮਝ ਲਵਾਂ, ਸਮਝਣ ਦੀ ਕੋਸ਼ਿਸ਼ ਵੀ ਕਰਦਾ, ਪਰ ਕਿਰਤ ਨੂੰ, ਕਰਤੇ ਨੂੰ ਨਹੀਂ। ਪਿਛਲੇ ਮਹੀਨੇ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਆਇਆ ਸੀ, ਕਹਿਣ ਲੱਗੇ ਓਏ ਜੋ ਦੀਸੇ ਅੰਬਰ ਤਾਰੇ, ਤੁਸੀਂ ਤਾਰਿਆਂ ਦੇ ਅੰਦਾਜ਼ੇ ਲਗਾਉਂਦੇ ਹੋ, ਮੰਗਲ ਤਾਰਾ ਕਿੰਨੀ ਦੂਰ ਹੈ, ਫਲਾਣਾ ਤਾਰਾ ਤੂ ਤਾਰਾ ਕਿੰਨੀ ਦੂਰ ਹੈ, ਉੱਥੇ ਪਾਣੀ ਹੈ ਕਿ ਨਹੀਂ, ਬਹਿੰਦ ਉੱਥੇ ਦੁਨੀਆ ਵੱਸ ਸਕਦੀ ਹੈ ਕਿ ਨਹੀਂ, ਬੜੀ ਖੋਜ ਹੋ ਰਹੀ। ਪਰ ਤਾਰਿਆਂ ਨੂੰ ਚਿਤਰਨ ਵਾਲੇ, ਤਾਰਿਆਂ ਨੂੰ ਬਣਾਉਣ ਵਾਲੇ ਦਾ ਕੋਈ ਅੰਦਾਜ਼ੇ, ਇਹ ਜੀ ਖੋਜ ਕਰਨ ਵਾਲਾ ਕੋਈ ਸਾਇੰਸਦਾਨ ਨਹੀਂ ਨਿਕਲਦਾ ਪਿਆ। ਕਹਿਣ ਲੱਗੇ ਓਏ ਜੋ ਦਿਸੇ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਇਹ ਕੋਈ ਨਹੀਂ ਸੋਚਦਾ। ਕਹੋ ਰੇ ਪੰਡਿਤ, ਅੰਬਰ ਕਾਸ਼ਿਓਂ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਗੱਲ ਤੇ ਬੂਝਣ ਵਾਲੀ ਇਹ ਸੀ, ਪਰ ਮਨੁੱਖ ਕਿਰਤ ਨੂੰ ਬੁੱਝਣ ਤੇ ਲੱਗਾ ਹੋਇਆ, ਕਿਰਤ ਨੂੰ ਜਾਣਨ ਲਈ ਕਿਹਾ ਫਿਰ ਲਗਾ ਰਿਹਾ, ਕਿਰਤ ਨੂੰ ਜਾਣਨ ਲਈ ਖੋਜ ਕਰ ਰਿਹਾ। ਕਿਰਤ ਨੂੰ ਜਾਣਨ ਲਈ ਹੀ ਮਨੁੱਖ ਦੀ ਸਾਰੀ ਸਾਰਾ ਸੰਘਰਸ਼ ਹੈ ਜੀਵਨ ਦਾ। ਇੰਨੇ ਐਡੇ ਸਾਇੰਸਦਾਨ ਇਸੇ ਕੰਮ ਲੱਗੇ ਹੋਏ ਨੇ ਕਿ ਕਿਰਤ ਕੀ ਹੈ। ਭਾਵੇਂ ਤੂੰ ਡਾਕਟਰ ਹੈ, ਉਹ ਵੀ ਤਾਂ ਸਰੀਰ ਪ੍ਰਤੀ ਜਾਣਨਾ ਚਾਹੁੰਦਾ, ਸਰੀਰ ਕੋਈ ਉਹਨੇ ਆਪ ਥੋੜ੍ਹਾ ਬਣਾਇਆ, ਜਿਹਨੇ ਬਣਾਇਆ, ਜਿਹਨੇ ਰਚਨਾ ਰਚੀ, ਉੱਧਰ ਕੋਈ ਨਹੀਂ ਸੋਚ ਰਿਹਾ। ਕਿਰਤ ਨਾਲ ਜੁੜ ਰਿਹਾ, ਕਰਤੇ ਨਾਲ ਕੋਈ ਨਹੀਂ ਜੁੜ ਰਿਹਾ। ਹੁਣ ਕਰਮ ਤੋਂ, ਕਿਉਂਕਿ ਮਨੁੱਖ ਦੇ ਮਨ ਵਿੱਚ ਆ ਗਿਆ ਕਰਮ ਤੋਂ ਇਹ ਜੂਨ ਮਿਲਦੀ ਹੈ, ਜੂਨਾਂ ਕਿਵੇਂ ਮਿਲਦੀਆਂ ਨੇ, ਕਰਮ ਕੀ ਨੇ, ਬਸ ਇਹ ਸੋਚ ਰਿਹਾ। ਤੇ ਇਹ ਨਹੀਂ ਸੋਚ ਰਿਹਾ ਕਿ ਜਦੋਂ ਮਨੁੱਖ ਜੂਨ ਵਿੱਚ ਹੀ ਨਹੀਂ ਸੀ, ਅਜੇ ਰਚਨਾ ਹੀ ਨਹੀਂ ਰਚੀ ਗਈ ਸੀ, ਜੇ ਕਰਮ ਤੇ ਹੀ ਜੂਨ ਮਿਲਦਾ, ਜੇ ਕਰਮ ਕਰਕੇ ਹੀ ਮਨੁੱਖ ਜਨਮ ਵਿੱਚ ਪੈਂਦਾ, ਤੇ ਜਦੋਂ 84 ਲੱਖ ਜੂਨ ਦਾ ਚੱਕਰ ਚੱਲਿਆ, ਉਦੋਂ ਕਿਹੜੀ ਕਿਹੜਾ ਕਰਮ ਸੀ, ਕਿੰਨੇ ਬਣਾਇਆ? ਅਜੇ ਤਾਂ ਕਰਮ ਬੰਦਾ ਪੈਦਾ ਹੀ ਨਹੀਂ ਹੋਇਆ ਸੀ, ਇਹਨੇ ਕਰਮ ਕੀ ਕਰਨੇ ਸਨ? ਸਵਾਲ ਤੇ ਖੜਾ, ਅਜੇ ਤਾਂ ਮਨੁੱਖ ਤਾਂ ਬਣੀ ਨਹੀਂ ਸੀ, ਬਣਨ ਤੋਂ ਬਾਅਦ ਹੀ ਕੋਈ ਕਰਮ ਕਰੇਗਾ? ਕਰਮ ਬਾਅਦ ਤੁਮ ਜੀਓ ਕਹਿਤ ਹੋ, ਕਰਮੇ ਕਿਨ ਜੀਓ ਦਿਨ ਰੇ, ਜਦੋਂ ਕੁਝ ਵੀ ਨਹੀਂ ਸੀ। ਅੱਜ ਤੇ ਤੁਸੀਂ ਆਖਦੇ ਹੋ ਕੋਈ ਮਨੁੱਖ ਇਸ ਲਈ ਬੰਧਨ ਵਿੱਚ, ਜਨਮ ਮਰਨ ਦੇ ਬੰਧਨ ਵਿੱਚ ਪੈ ਗਿਆ ਹੈ, ਕਿਉਂਕਿ ਉਹਦੇ ਜੀਵਨ ਦਾ ਸੁਭਾਅ ਆ ਹੈ। ਪਹਿਲੀਆਂ ਲਾਈਨਾਂ ਵਿੱਚ ਇਹ ਆਖਿਆ ਨੇ, ਕਹਿਣ ਲੱਗੇ ਮੈਂ ਸਮਝਣਾ ਚਾਹੁੰਦਾ, ਮੋਕੋ ਇਹ ਬਿੱਦ ਕੋ ਸਮਝਾਵੇ, ਕੋਈ ਸਮਝਾਵੇ ਮੈਨੂੰ। ਹਾਂ, ਜੇ ਕਰਤਾ ਹੋਵੇ, ਜਿਹਨੇ ਬਣਾਇਆ ਉਹਨੂੰ ਪਤਾ ਸਾਰੀ ਕਹਾਣੀ ਦਾ, ਮੈਨੂੰ ਤਾਂ ਪਤਾ ਨਹੀਂ, ਕਿਸੇ ਮਨੁੱਖ ਨੂੰ ਵੀ ਪਤਾ, ਜਿਸ ਮਨੁੱਖ ਨੂੰ ਕੋਲੋਂ ਪੁੱਛਾਂ ਉਹ ਤਾਂ ਆਪ ਕਿਸੇ ਦਾ ਘੜਿਆ ਹੋਇਆ। ਫਿਰ ਪੁੱਛਣਾ ਪਏਗਾ ਤੈਨੂੰ ਕਿਹਨੇ ਬਣਾਇਆ, ਜਿਹੜਾ ਗੱਲਾਂ ਕਰਦਾ ਉਹਨੂੰ ਕਮ ਸੇ ਕਮ ਇਹ ਤਾਂ ਪੁੱਛਣਾ ਚਾਹੀਦਾ ਨਾ, ਵੀ ਤੂੰ ਕਹਿੰਦਾ, ਮੈਂ ਤੂੰ ਆਪਣੀ ਕਹਾਣੀ ਤਾਂ ਦੱਸ, ਕਿਸੇ ਦੀ ਤਾਂ ਕਿਸੇ ਰਹਿ ਕਿਤੇ ਰਹਿ ਗਈ। ਮਸਲਾ ਤਾਂ ਜਿਉਂਦਾ ਤਿਉਂ ਖੜਾ। ਹਾਂ, ਮੈਨੂੰ ਉਹ ਦੱਸ ਸਕਦਾ ਜਿਹਨੇ ਬਣਾਇਆ, ਜਿਹਨੇ ਸਭ ਤੋਂ ਪਹਿਲਾਂ ਸ੍ਰਿਸ਼ਟੀ ਸਾਜੀ ਹੈ, ਕਿਉਂਕਿ ਜਦੋਂ ਸਾਜੀ ਅਜੇ ਰਚਨਾ ਨਹੀਂ ਸੀ ਤਾਂ ਹੀ ਸਾਜੀ, ਰਚਨਾ ਰਚੀ ਹੈ, ਅਜੇ ਕੁਝ ਵੀ ਨਹੀਂ ਸੀ, ਨਾ ਉਦੋਂ ਕਲਮ ਸੀ, ਨਾ ਉਦੋਂ ਦੁਆਤ ਸੀ, ਨਾ ਉਦੋਂ ਪੇਪਰ ਸਨ, ਨਾ ਕੋਈ ਦੂਜਾ ਵਿਅਕਤੀ ਸੀ ਜਿਹਨੇ ਲਿਖਿਆ ਹੋਵੇ।
तू असलियत किवें जानेगा? मसला तां इह है, गुरु कहंदे ने अजीब घटना है कि तू किस किन्ना कियाफियां विच पाया है, जदों रचना रची गई है उदों ते अजे रचना बनी नहीं सी, उदों कागज कलम दवात भी नहीं सी, उदों कोई लिखण वाला भी नहीं सी, किन्ने लिखिया भी आ इउं रची गई। इहदा मतलब मेरे कोल तां उहो ही सच्चाई दस सकदा ना जिहड़ा आप रचन वाला होवे, होर तां कोई दस ही नहीं सकदा, बाकी तो सारी किरत है। ते कहंदे ने करता जेड़ा कर रचनहार है वह ही दस सकता मैं किवें रचिया। तू करते कोल नाल जुड़ नहीं रहा, उन्दे कोलों पुछ नहीं, तू पुछ रहा है किरत कोलों। कहन लगे मोको एह बिद को समझावे, करता होए जनावे। मैनू समझावे जनावे, दसे पछाण देवे, जानकारी देवे, जनावे जानकारी देवे, तो ओहो देवे जिन्ने बनाई हुई है। जो रचना नहीं सी उदों होर तो कोई दस ही नहीं सकदा, करता होए जनावे। कहन लगे मनुख अज ते ये गल सोचदा है, क्योंकि सवाल अज इहो ही खड़े हो रहे, रात वाला सवाल भी उस, अज ते मनुख ने यह सोचना शुरू कर दिता है, अनजानते किछ इन है कमानो, जप तप कछु न साधा। अज ते असीं आखने आ अनजानित भाव अनजान मनुख, जिन्हों कुछ नहीं पता, जीवन जाच भुल गया, उन्हें कोई चंगा काम नहीं किया, कोई चंगा काम नहीं किया, अनजानित कछ इन्हें कमानो, जप तप किछ न साधा, कुछ चंगा काम नहीं किया। दै दिस लो लै ये मन दोहरायो, मन भी भटकता रहा, कवन कर्म कर बाधा, किन्ना कर्मां दा बनिया होया जीवन भोग रहा है, जूना भोग रहा है। फिर कहन लगे इंदी हालत अज दी वेख के तो तू अंदाजा लगा के सोची पै गए, मन तन धन भूम का ठाकर हो इसका ए मेरा, जिन्ना खलारा जिन्नी संप है, जिन्नी कुछ दुनियादारी पैदा कीती है, बस मैं इस दुनियादारी लई हां, दुनिया मेरे लिए, यो संसार है, संपदा है, सब कुछ मेरे लिए, मैं इंदे लई हां। मनुख ऐसा सोझहीन हो गया परम ते मोह विच, मनु इंदे पैरां विच पैखर पै गया। पुराने समय अंदर जिहड़ा पशुआं दे पैरां विच पैखर खोतियां दे खारस करके पाउ पे हिल, जिहड़ा हिल ना सके, आराम नाल उहदे कोल कम लिया जा सके, उहदे ते जदों भार लददे सन ते उह टिकदा नहीं सी, उहदे पैरां विच पैखर पा दिंदे सन। गुरु कहिण लगे परम मोह दा पैखर गल विच पैरां विच पै गया, अज ते तुसी ए अंदाजा लगा ले भी जिन्ना दुखांत है जोना दा, जिन्ना दुखांत है कर्म बद्ध दा, ए इन्ना कर्म करके, इन्ना कर्म करके इसे लिए जोना भोग रहा है, इसे लिए जन्म मरण विच पिया होया, ए हो इंदे गुणा ने। पर गुरु अर्जन पातशाह एक सवाल खड़ा कर दे, बाबा कबीर जी दी उस रचना नाल केड़ा मेल खांदा, सवाल खड़ा करते हैं तो कहते हैं तब ए कहां कमावन परया, जब एहो कछु न होता, जद कुछ भी नहीं सी,
ਜਦੋਂ ਕੁਝ ਵੀ ਨਹੀਂ ਸੀ। ਆਪਾਂ ਸੁਖਮਨੀ ਸਾਹਿਬ ਜੀ ਪੜ੍ਹਨੇ ਆ ਨਾ, ਜਬਾਕਾਰੇ ਕਸ਼ਨ ਦਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਣ ਸੁਮਾਤ ਤਾਂ ਬੈਰ ਵਿਰੋਧ ਕਿਸ ਸੰਤ ਕਮਾਤ, ਜਬ ਇਸਕਾ ਬਰਨ ਚੇਨ ਨਾ ਜਾਪਤ ਤਬ ਹਰਕ ਸੋ ਕਹੋ ਕਿਸੇ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮ ਤਾਂ ਮੋਹ ਕਹਾਂ ਕਿਸ ਹੋ ਵਤ ਪਰ, ਜਦੋਂ ਇਹ ਕੁਝ ਵੀ ਨਹੀਂ ਸੀ, ਹੈ ਹੀ ਨਹੀਂ ਸੀ, ਜਦੋਂ ਅਜੇ ਆਇਆ ਹੀ ਨਹੀਂ ਸੀ, ਇਹਦੀ ਹੋਣ ਦੀ ਨਹੀਂ ਸੀ, ਉਦੋਂ ਇਹਨੇ ਕੀ ਕੀਤਾ, ਕਰਨ ਜੋਗਾ ਹੀ ਕੁਝ ਨਹੀਂ ਸੀ, ਇਹਨੇ ਕਰਮ ਕੀ ਕਰਨੇ ਸਨ, ਅਜੇ ਤਾਂ ਪੈਦਾ ਹੀ ਨਹੀਂ ਸੀ ਹੋਇਆ। ਤੇ ਫਿਰ ਇਹ ਆਇਆ ਕਿਉਂ, ਜੇ ਕਰਮ ਵੱਧ ਹੀ ਆਉਂਦਾ ਤਾਂ ਫਿਰ ਆਇਆ ਕਿਉਂ, ਉਦੋਂ ਤਾਂ ਇਹਨੇ ਕਰਮ ਕੀਤਾ ਹੀ ਕੋਈ ਨਹੀਂ ਸਨ, ਅਜੇ ਇਸ ਨੂੰ ਜੀਵਨ ਮਿਲਿਆ ਹੀ ਕੋਈ ਨਹੀਂ ਸੀ, ਕਰਮ ਕਰਨ ਦਾ ਕੋਈ ਇਹਦੇ ਨਾਲ ਸੰਬੰਧ ਲਗਾਓ ਹੀ ਕੋਈ ਨਹੀਂ ਸੀ, ਫਿਰ ਕਿਵੇਂ ਆਇਆ, ਜੇ ਕਰਮ ਕਰਕੇ ਹੀ ਆਉਂਦਾ। ਕਹਿਣ ਲੱਗੀ ਤਬ ਇਹ ਕਹਾ ਕਮਾਉਣ ਪਰਿਆ, ਜਬ ਇਹ ਕਛੂ ਨਾ ਹੋਤਾ, ਜਬ ਇੱਕ ਨਿਰੰਜਨ ਨਿਰੰਕਾਰ ਪ੍ਰਭ ਸਭ ਕੁਛ ਆਪੇ ਕਰਤਾ, ਜਦੋਂ ਇੱਕੋ ਹੀ ਪ੍ਰਭੂ ਸੀ, ਕਰਨ ਕਰਨ ਪ੍ਰਵੇਕ ਹੈ, ਦੂਸਰ ਨਾ ਹੀ ਕੋਈ, ਜਦੋਂ ਦੂਜਾ ਹੈ ਹੀ ਕੋਈ ਨਹੀਂ ਸੀ, ਤੇ ਆਪੇ ਹੀ ਸਭ ਕੁਝ ਕਰਨ ਵਾਲਾ ਸੀ, ਆਪੇ ਹੀ ਰਚਣ ਵਾਲਾ ਸੀ, ਉਦੋਂ ਇਹਨੇ ਕਰਮ ਕਿੱਥੋਂ ਕੀਤੇ ਤੇ ਕਿੰਨਾ ਕਰਮਾਂ ਦਾ ਬੰਨਿਆ ਹੋਇਆ ਹੈ, ਕਿੰਨਾ ਕਰਮਾਂ ਦਾ ਬੰਨਿਆ ਹੋਇਆ। ਰੱਬ ਨਾਲ ਜੁੜਨ ਦਾ ਤਰੀਕਾ, ਕਿਰਤ ਨਾਲੋਂ ਜੁੜਨ ਦੀ ਬਜਾਏ ਕਰਤੇ ਨਾਲ ਜੁੜਨ ਦਾ ਤਰੀਕਾ ਗੁਰੂ ਨਾਨਕ ਦਾ ਕਿੱਡਾ ਖੂਬਸੂਰਤ ਹੈ ਗੁਰਮਤਿ। ਕਹਿਣ ਲੱਗੇ ਤੂੰ ਕਿਰਤ ਨਾਲ ਜੁੜ ਕੇ ਕਿਰਤ ਕੇਵਲ ਕਿਰਤ ਪ੍ਰਤੀ ਸੋਚੀ ਜਾਂਦਾ ਹੈ, ਤੇ ਮੈਂ ਇਹ ਸੋਚਣਾ ਵੀ ਉਹ ਕਰਤਾ ਇੰਨਾ ਸਮਰੱਥ ਹੈ, ਉਹ ਆਪਣਾ ਹੁਕਮ ਕਰਦਾ ਕੇਵਲ ਕਰਮਾਂ ਦਾ ਬੰਨਿਆ ਹੋਇਆ ਹੀ ਨਹੀਂ, ਉਹ ਬੰਧਨ ਵਿੱਚ ਨਹੀਂ, ਜਦੋਂ ਸਭ ਤੋਂ ਪਹਿਲਾਂ ਉਹਨੇ ਬਣਾਇਆ ਸ੍ਰਿਸ਼ਟੀ ਦੀ ਰਚਨਾ ਕੀਤੀ, ਉਦੋਂ ਕਿਹੜੇ ਕਰਮ ਸਨ ਜਿਨ੍ਹਾਂ ਦੇ ਅਧੀਨ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕੁਛ ਆਪੇ ਕਰਤਾ। ਇਸ ਲਈ ਭਲਿਆ ਜੇ ਤੂੰ ਜਾਣਨਾ ਚਾਹੁੰਦਾ, ਜੇ ਆਪਣੇ ਪ੍ਰਤੀ ਕੁਝ ਪਛਾਣ ਰੱਖਣਾ ਚਾਹੁੰਦਾ ਹੈ ਤਾਂ ਕਿਰਤ ਕੋਲੋਂ ਨਾ ਪੁੱਛ, ਇਹ ਤਾਂ ਹੈ ਹੀ ਨਹੀਂ ਸੀ, ਇਹ ਤਾਂ ਹੈ ਹੀ ਨਹੀਂ ਸੀ। ਬਹੁਤ ਦੇਰ ਹੋਈ ਤੂੰ ਕਹੀ ਸੀ, ਤੁਮ ਜੋ ਕਹੇ ਤਾਂ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰਹੇ, ਕਹਿੰਦੇ ਹੋ ਭਗਵਾਨ ਕ੍ਰਿਸ਼ਨ ਨੰਦ ਦਾ ਪੁੱਤਰ, ਜੇ ਉਹ ਭਗਵਾਨ ਹੈ। ਬਾਬਾ ਕਬੀਰ ਜੀ ਨੇ ਸਵਾਲ ਖੜਾ ਕੀਤਾ ਸੀ, ਤੁਸੀਂ ਆਖਦੇ ਹੋ ਨੰਦ ਦਾ ਪੁੱਤਰ ਹੈ, ਤੇ ਫਿਰ ਸਵਾਲ ਖੜੇ ਹੋਵੇਗਾ ਨੰਦ ਕਿਹਦਾ ਪੁੱਤਰ ਹੈ, ਉਹ ਆਪਣੇ ਪਿਤਾ ਦਾ ਪੁੱਤਰ ਹੈ, ਫਿਰ ਉਹ ਕਿਹਦਾ ਪੁੱਤਰ ਹੈ, ਉਹ ਆਪਣੇ ਪਿਤਾ ਦਾ ਪੁੱਤਰ ਹੈ, ਕਹਿੰਦਾ ਕਿੱਥੋਂ ਤੱਕ ਜਾਏਗਾ। ਭਗਵਾਨ ਜਿਹਨੂੰ ਆਖਣਾ, ਭਗਵਾਨ ਤਾਂ ਉਦੋਂ ਵੀ ਸੀ ਜਦੋਂ ਕੋਈ ਵੀ ਨਹੀਂ ਸੀ, ਫਿਰ ਭਗਵਾਨ ਪਹਿਲਾਂ ਹੋਇਆ ਕਿ ਆਨੰਦ ਪਹਿਲਾਂ ਹੋਇਆ, ਜਿਹੜਾ ਪਹਿਲਾਂ ਹੁੰਦਾ ਉਹ ਪਿਤਾ ਹੁੰਦਾ, ਤੂੰ ਕਹਿੰਦਾ ਆਨੰਦ ਦਾ ਪੁੱਤਰ ਹੈ ਭਗਵਾਨ, ਸਵਾਲ ਖੜਾ ਕੀਤਾ, ਪਹਿਲਾਂ ਪਿਤਾ ਹੁੰਦਾ ਫਿਰ ਪੁੱਤਰ ਹੁੰਦਾ, ਤੇ ਜਦੋਂ ਜੇ ਆਨੰਦ ਨਹੀਂ ਸੀ, ਆਨੰਦ ਦਾ ਪਿਤਾ ਨਹੀਂ ਸੀ, ਆਨੰਦ ਦਾ ਦਾਦਾ ਨਹੀਂ ਸੀ, ਭਗਵਾਨ ਉਦੋਂ ਵੀ ਸੀ, ਜੇ ਉਹ ਭਗਵਾਨ ਹੈ ਤਾਂ ਫਿਰ ਆਨੰਦ ਦਾ ਪੁੱਤਰ ਕਿਵੇਂ ਹੋਇਆ, ਆਨੰਦ ਦਾ ਤਾਂ ਪਿਤਾ ਹੋਇਆ। ਬਾਬਾ ਕਬੀਰ ਜੀ ਦੇ ਸ਼ਬਦ ਸੀ, ਤੁਮ ਜੋ ਕਹਿ ਤੋ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ, ਤਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ, ਉਦੋਂ ਨੰਦ ਕਿੱਥੇ ਸੀ। ਪਰ ਜਿਹਨੂੰ ਭਗਵਾਨ ਆਖਣਾ ਉਹ ਤੇ ਆਦਿ ਸੱਚ ਹੈ, ਜੁਗਾਦ ਸੱਚ ਹੈ,
ਇਸ ਲਈ ਕਿਰਤ ਤੋਂ ਅੰਦਾਜ਼ਾ ਤੂੰ ਕਰਤੇ ਦਾ ਨਹੀਂ ਲਗਾ ਸਕਦਾ। ਜੇ ਜਾਣਨ ਦੀ ਕੋਸ਼ਿਸ਼ ਕਰਨੀ ਹੈ ਤੂੰ ਤਾਂ ਕਿਰਤ ਕੋਲੋਂ ਨਾ ਕਰਤੇ ਨਾਲ ਜੁੜਨ ਦੀ ਕੋਸ਼ਿਸ਼ ਕਰ। ਕਰਤੇ ਕੋਲੋਂ ਤੈਨੂੰ ਜ਼ਰੂਰ ਗਿਆਨ ਹੋਏਗਾ ਕਿ ਕਿਰਤ ਕੀ ਹੈ, ਕਿਰਤ ਕੋਲੋਂ ਇਹ ਗਿਆਨ ਨਹੀਂ ਹੋਏਗਾ ਕਰਤਾ ਕੀ। ਲਓ ਇਹ ਢੰਗ ਹੈ ਗੁਰੂ ਨਾਨਕ ਦਾ ਜੋੜਨ ਵਾਲਾ। ਅਤੇ ਅਖੀਰਲੀ ਲਾਈਨ ਵਿੱਚ ਕਹਿੰਦੇ ਨੇ ਆਪਣੇ ਘਰ ਤਬ ਆਪੇ ਜਾਣੇ, ਆਪਣੇ ਘਰ ਤਬ ਆਪੇ ਜਾਣੇ, ਜਿਨ ਇਹ ਰਚਨ ਰਚਾਇਆ। ਜਿਨ ਇਹ ਰਚਨ ਰਚਾਇਆ, ਕਹੁ ਨਾਨਕ ਕਰਨਹਾਰ ਹੈ ਆਪੇ। ਵਿਸ਼ਵਾਸ ਤਾਂ ਇਸ ਗੱਲ ਦੀ ਲੋੜ ਹੈ। ਤੂੰ ਕਿਰਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਰਤਾ ਸਮਰੱਥ ਹੈ, ਉਹ ਕਿਸੇ ਕਰਮ ਦਾ ਬੱਝਿਆ ਹੋਇਆ ਨਹੀਂ। ਉਹ ਬਿਨਾਂ ਕਰਮ ਤੋਂ ਆਰੰਭ ਵਿੱਚ ਰਚਨਾ ਰਚਦਾ ਹੈ, ਉਦੋਂ ਕਿਸੇ ਕੋਲ ਕੋਈ ਕਰਮ ਨਹੀਂ, ਉਹਦੀ ਸਮਰੱਥਾ ਦਾ ਪ੍ਰਤੀਕ ਹੈ। ਪਰ ਕਹਿਣ ਲੱਗੇ ਇਹ ਭਰਮ ਜਿਹੜਾ ਕਰਮ ਬੱਧ ਵਾਲਾ ਹੈ, ਇਹ ਕੌਣ ਜਾਂ ਕਰਤਾ ਆਪ ਕਿਰਤ ਨੂੰ ਰਚਣ ਵਾਲਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਸੈ ਕਾ, ਹੁਕਮੇ ਬੁਝ ਸਮਾ ਹੋਏਗੇ। ਇਹ ਗੱਲ ਜਿਹੜੀ ਹੈ ਇਹ ਕੇਵਲ ਸਾਨੂੰ ਗੁਰੂ ਸਮਝਾ ਸਕਦਾ ਹੈ। ਗੁਰੂ ਆਖਰੀ ਲਾਈਨ ਵਿੱਚ ਕਹਿੰਦੇ ਨੇ ਕਹੁ ਨਾਨਕ ਕਰਨਹਾਰ ਹੈ ਸਤਿਗੁਰ ਪਰਮ ਚੁਕਾਇਆ। ਸਤਿਗੁਰ ਪਰਮ ਚੁਕਾਇਆ, ਨਹੀਂ ਪੁੱਛਦਾ ਫਿਰਨਾ। ਗੁਰੂ ਕਹਿੰਦੇ ਨੇ ਪਿਤਾ ਕਾ ਜਨਮ ਕਹਿ ਜਾਣੇ ਪੂਤ, ਹੇ ਭਲਿਆ ਤੂੰ ਰਚਨਾ ਕੋਲੋਂ ਨਾ ਪੁੱਛ, ਰਚਨ ਹਾਰ ਨਾਲ ਜੁੜ। ਕਹਿਣ ਲੱਗੀ ਕਰਤਾ ਹੋਏ ਜਨਾ, ਕਰਤਾ ਹੋਏ ਬਿਦ ਕੋ ਸਮਝਾਵੇ, ਮੋਕੋ ਇਹ ਬਿਦ ਕੋ ਸਮਝਾਵੇ, ਮੋਕੋ ਇਹ ਬਿਦ ਕੋ ਸਮਝਾਵੇ, ਕਰਤਾ ਹੋਏ ਜਨਾ, ਕਰਤਾ ਹੋਏ ਜਨਾ, ਕਰਤਾ ਹੋਏ ਜਨਾ, ਆਵੇ। ਮਨੁੱਖ ਕਿਰਤ ਨਾਲ ਜੁੜ ਰਿਹਾ, ਕੀਤੇ ਕਹੋ ਮੇਰੇ ਸੁਮਨ ਨੇ, ਕਰਨਹਾਰ ਤ੍ਰਿਣ ਜਾਣੇ। ਜਿੰਨਾ
मेर दा पहाड़ दा ते तीले दा फर्क है ना, इन्ना ही करते दा ते किरत दा फर्क है। रचनहार ते रचना दा इन्ना ही फर्क है। तू तीले कोलों पहाड़ दी कहानी सुनना चाहे, पहाड़ किवें बने हैं तो बड़ा मुश्किल है। कीते को मेरे समन ने करनहार त्रिण जाने। तू तीले कोलों पहाड़ दी गल पुछना चाहना, पर प्रभु जेड़ा है वह तीले नू तीला समझदा है। पहाड़ पहाड़ है, तीला तीला है, इन्हां दोहां दा फर्क समझ लै, फिर तू पर्वत नाल जुड़ेगा, तीले नाल नहीं। अनेकां तीले पर्वतां विच पैदा होए समाप्त हो गए, पर तू पहाड़ दी बजाय तीले नाल जुड़ रहा है। गुरु समझाने की कोशिश कर रहे ने, कहिंदे ने इह गल सानू कौन समझावे गुरु तो बिना, नहीं तो परम भुलेख ही पै जाते हैं। पिछले जन्म विच तू आस है, पिछले जन्म विच तू आस, तां कि किसी ने जो रात भी अस की किन्ने के जाके पुछने ते किन्ने वेखना जो आखदे वे ठीक है, उन्हां दीआं गद्दियां चली जांदियां। मैं अज भी सवेरे पढ़ रहा सी, मैं हाथ भी ना, जिन्हां ने गुरबाणी पाठ दर्पण लिखिया है, बड़ा वड्डा ग्रंथ लिखिया है, मैं नाम बार बार की लो, बड़ी वड्डी संपर्दा है, टकसाल है, उनका आगू ये लफज लिख रहा है। गुरुआं दे संबंध विच भी, गुरुआं दे संबंध विच भी कहिंदा भाई दया सिंह लहू दी ओला संतान है, उनका उनका जन्म है, लव जिहड़ा है उनका जन्म दया सिंह है। पंजा प्यारियां दा नाम सारे दे लिख रहा, बहुत फलाने दा नाल जन्म है, फलाना दा जन्म है, बड़ी लंबी चौड़ी कहानी लिख रहा है। उतो लिखदा भी भाई दया सिंह जिहड़ा लव दा जन्म है। हुण जे लव दा जन्म है तो फिर उस ग्रंथ के मुताबिक सोढ़ी बंस जिहड़ी है उस लव तो पैदा हुई। गुरु गोबिंद सिंह साहब भाई दया सिंह अमृत छका रहे हैं, इनका मतलब भाई दया सिंह जिहड़ा गुरु गोबिंद सिंह साहब का सिख है वह गुरु गोबिंद सिंह साहब का बजुर्ग है, पिछले जन्म का बजुर्ग है। कैसिया कहानियां ने, पर हुण कौन जाने ते कौन पुछे, किन्ने जाके देखना है, उन्होंने गद्दी चली जांदियां ने। ये लिखता मेरे को पईआं ने, तुसीं एक सकंद, मैं हैरान हूँ, पिछले जन्म अखे वो जन्म जी भाई लव का जन्म है, भाई दया सिंह जी लव का जन्म है, तो फिर गुरु गोबिंद सिंह साहब का बजुर्ग होया तुहाडे कहे मुताबक। सो ऐसियां कहानियां केवल दुनिया नूं भुलेखा पाउण लई, पर गुरु सच कहिंदा है। गुरु का सुभाग किसी नूं आरे लाना नहीं, गुरु सच समझा रहा है, इसलिए कहिंदा करता होए जनावै, बस आ करते नाल जुड़। किरत कोलों तो करते दीआं गल्लां पुछना चाहना, कैसी अजीब गल है। सो आओ इन्हां शब्दां नाल खिमां दा जा चुका, फतेह बुलाओ, वाहिगुरु जी का खालसा, वाहिगुरु जी।